ਆਪਾਂ ਦਾ ਸਨਮਾਨ ਕੀਤਾ, ਮੈਂ ਆਪਣਾ ਅੰਦੋਲਨ ਵਾਪਸ ਲੈ ਲਵਾਂ ਨੂੰ ਡਿਪਟੀ ਮੁੱਖ ਮੰਤਰੀ ਬਣਾ ਦਿੱਤਾ ਸਰਕਾਰ ਨੇ, ਦਸ ਮਿਨਿਸਟਰ ਬਣਾਇਆ ਦਲਤ। ਮੈਂ ਕਹਿੰਦਾ ਮੇਰੀ ਗੱਲ ਸੁਣੋ, ਤੁਹਾਨੂੰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾ ਲੈਣ, ਮੈਂ ਆਪਣਾ ਅੰਦੋਲਨ ਵਾਪਸ ਬਣਾਓ। ਮੈਂ ਕਹਿੰਦਾ ਇਹਨਾਂ ਨੂੰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾ ਦੇਣ, ਮੈਂ ਆਪਣਾ ਅੰਦੋਲਨ ਵਾਪਸ ਲੈ ਲੂੰਗਾ ਜੇ ਸਨਮਾਨ ਦੇਣਾ ਤਾਂ। ਦੂਜੀ ਵਾਰ ਜਿੱਤ ਗਿਆ, ਇਹਨਾਂ ਨੂੰ ਨੀ ਬਣਾਇਆ, ਇਹਨਾਂ ਨੂੰ ਨੀ ਬਣਾਇਆ। ਸੇਵਾ ਸੀਰੀ ਬੁਣਾ ਹੁੰਦੀ ਹੈ, ਜੇ ਨਹੀਂ ਬੁਣਨਾ ਚਾਹੁੰਦਾ ਤਾਂ ਇਹ ਮੰਗ ਕਰਨ ਬਈ 2 ਸਾਲ ਹੋ ਗਏ ਭਗਵੰਤ ਮਾਨ, ਤੂੰ ਦਲਿਤ ਡਿਪਟੀ ਮੁੱਖ ਮੰਤਰੀ ਕਿਉਂ ਨੀ ਬਣਿਆ, ਇਹ ਦੱਸਣ ਕਿਉਂ ਨੀ ਬਣਾਇਆ। ਹਾਂਜੀ ਬਿਲਕੁਲ ਬਿਲਕੁਲ ਨੀ, ਬਿਲਕੁਲ ਨੀ, ਮੈਂ ਮੇਰੀ ਕੋਈ ਮੰਗ ਨੀ, ਮੇਰੀ ਕੋਈ ਮੰਗ ਨੀ। ਦਲਿਤ ਸਭ ਹੁਣ ਤੱਕ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਦੱਸੋ ਕਿਸੇ ਦਲਿਤ ਮੰਤਰੀ ਨੂੰ ਕੋਈ ਚੰਗਾ ਦਿੱਤਾ, ਕਿਸੇ ਵੀ ਦਲਿਤ ਮੰਤਰੀ ਨੂੰ ਕਿਸੇ ਵੀ। ਹਾਂਜੀ ਹਾਂਜੀ ਪੰਜਾਬ ਦਾ ਬਣਾਇਆ ਦਲਿਤਾਂ ਦਾ ਕਾਂਗਰਸ ਪਾਰਟੀ ਨੇ। ਚੁੱਪ ਕਰੋ, ਹੁਣ ਇਹਨਾਂ ਨੇ ਕਿਹਾ ਕੋਟਰੀ ਸਾਹਿਬ ਨੇ ਕਿ ਕਾਂਗਰਸ ਪਾਰਟੀ ਨੇ ਦਲਿਤ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ। ਮੈਂ ਨਹੀਂ ਕਹਿੰਦਾ, ਸਾਰੇ ਪੰਜਾਬ ਦੇ ਲੋਕ ਜਿਵੇਂ ਜਿਹੜੇ ਸਾਡੇ ਸਮਾਜ ਦੇ ਵਿੱਚ ਵਰਗ ਆ, ਸ੍ਰੇਸ਼ਟ ਵਰਗ ਜਿਵੇਂ ਬ੍ਰਾਹਮਣ ਵਰਗ ਆ, ਸਵਰਨ ਵਰਗ ਆ, ਜੱਟ ਸਿੱਖ ਆ, ਸਾਰੀਆਂ ਕੌਮਾਂ ਦੇ ਇੱਛਾ ਕਿ ਅਸੀਂ ਭਾਵੇਂ ਦਲਿਤ ਹੋਈਏ ਪਰ ਚੰਨੀ ਵਰਗੇ ਹੋਈਏ, ਜਿਹਦੇ ਭਤੀਜੇ ਕੇ ਭਾਣਜੇ ਕੋਲੋਂ 10 ਕਰੋੜ ਕੈਸ਼ ਫੜਿਆ ਜਾਂਦਾ, ਇਹੋ ਜਿਹਾ ਦਲਿਤ ਫਿਰ ਹਰੇਕ ਹੋਵੇ ਪਾਸੇ ਚੱਲ ਗਏ। ਉਹ ਸਤਿੰਦਰ ਜੈਨ ਫਸ ਗਿਆ ਤੁਹਾਡਾ, ਉਹ ਤੁਹਾਡਾ ਸਿੰਗਲਾ ਫਸ ਗਿਆ, ਉਹ ਤੁਹਾਡਾ ਉਹ ਫਸ ਗਏ, ਆਪਣੇ ਫਿਰੋਜ਼ਪੁਰ ਵਾਲੇ ਵਿਧਾਇਕ ਫਸ ਗਏ, ਉਹ ਪੈਸੇ ਦੱਸੋ ਕਰੋੜਾਂ ਰੁਪਈਆ ਲੱਗਾ। ਉਹ ਕਮਾਲ ਦੀ ਗੱਲ ਹੈ, ਚੰਨੀ ਵਰਗਾ ਕੋਈ ਨਾ ਵੀ ਹੋਵੇ ਦਲਿਤ ਬਣਾਓ, ਗਲਤਾਂ 10 ਕਰੋੜ ਰੁਪਇਆ ਜਿੰਨਾ ਦਲਿਤਾਂ ਦੇ ਕਰੋ 10 ਕਰੋੜ ਫੜਿਆ ਜਾ, ਇਹ ਹਿੰਮਤ ਆ ਫੜ ਕੇ ਅੰਦਰ ਦਿਓ, ਕਿਉਂ ਨਹੀਂ ਦਿੱਤਾ ਫੇ? ਸਤਿੰਦਰ ਜੈਨ ਅੰਦਰ, ਪੰਜਾਬ ਦੇ 5 MLA ਅੰਦਰ, ਕੌਣ ਜੀ ਦੇ ਦੇਣ ਜੇ ਕਿਸੇ ਨੇ ਕੋਈ ਕਸੂਰ ਕੀਤਾ ਤੇ ਇੱਥੇ ਮਾਫ਼।
ਕਿਸੇ ਨੇ ਮਾਫ਼ ਨਹੀਂ ਮਿਲਣੀ। ਬਾਬੇ ਨਾਨਕ ਦੀ ਧਰਤੀ ਤੇ ਕਿਸੇ ਨੂੰ ਕੁਛ ਨਹੀਂ ਮਿਲਣਾ। ਨਹੀਂ ਉਹ ਜਾਂਚ ਚੱਲ ਰਹੀ ਹੈ, ਜਦੋਂ ਜਾਂਚ ਪੂਰੀ ਹੋ ਜਾਏਗੀ ਕੋਰਟ ਦਾ ਬਸ ਮੈਂ ਬਣਾ ਰਿਹਾ ਪ੍ਰੋਗਰਾਮ। ਦੇਖੋ ਜਦੋਂ ਜਿਹੜੀ ਇਹ ਗੱਲ ਕਹਿ ਰਹੇ ਆ, ਉਸ ਸਮੇਂ ਮੈਂ ਬੋਲ ਰਿਹਾ ਸੀ, ਮੇਰਾ ਧਿਆਨ ਸਾਰਾ ਡਿਪਟੀ ਸਪੀਕਰ ਸਾਹਿਬ ਵੱਲ ਸੀ ਔਰ ਮੇਰਾ ਧਿਆਨ ਸਾਰਾ ਵਿਧਾਨ ਸਭਾ ਵੱਲ ਸੀ। ਠੀਕ ਹੈ ਨਾ, ਸਾਰਾ ਕਸਮ ਖਾ ਕੇ ਕਹਿੰਦੇ ਝੂਠ ਬੋਲ ਰਹੇ ਹੈ, ਝੂਠ ਬੋਲ ਰਹੇ ਹੈ, ਇਹ ਗੁਰਦੁਆਰੇ ਜਾ ਕੇ ਬੱਚਿਆਂ ਦੀ ਕਸਮ। ਮੈਂ ਉੱਥੇ ਹੋਰ ਮੈਂ ਪਾਗਲ ਆ, ਮੈਂ ਬੇਵਕੂਫਿਆ, ਮੈਂ ਬੇਵਕੂਫਿਆ, ਮੈਂ ਐਮਐਲਏ ਜਿੱਤ ਕੇ ਆਇਆ, 25 ਸਾਲ ਪਿੰਡ ਦਾ ਸਰਪੰਚ ਰਿਹਾ। ਗੱਲ ਸੁਣੋ, ਗੁਰਦੁਆਰੇ ਜਾ ਕੇ ਕੋਟਲੀ ਸਾਹਿਬ ਮੇਰੇ ਲਈ ਬਗਾਨੇ ਨਹੀਂ, ਕਿਉਂਕਿ ਕੋਟਲੀ ਸਾਹਿਬ ਮੇਰੀ ਕਮੇਟੀ ਦੇ ਮੈਂਬਰ ਨੇ, ਮੈਂ ਚੇਅਰਮੈਨ ਆ, ਮੇਰੀ ਕਮੇਟੀ ਦੇ ਮੈਂਬਰ ਆ, ਅਸੀਂ ਇਕੱਠੇ ਰਹਿੰਦੇ ਹਾਂ, ਕੋਈ ਏਡੀ ਗੱਲ ਨਹੀਂ। ਮੈਂ ਇਹਨਾਂ ਨੂੰ ਚਲੋ ਜੱਫੀ ਪਾ ਕੇ ਹੌਸਲਾ ਦੇ ਤਾ। ਆਹ ਤਸਵੀਰ ਹੈ ਉਧਰ ਦੇਖੋ ਜੀ, ਮੈਂ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਅੱਜ ਤੱਕ ਕਦੇ ਮਿਲਿਆ ਨਹੀਂ, ਮੈਨੂੰ ਕਹਿੰਦੇ ਆ ਦੇਖ ਮੈਂ ਤੇਰੇ ਵਰਗੇ ਨੂੰ ਮਿਲਣਾ ਵੀ ਨਹੀਂ ਚਾਹੁੰਦਾ। ਦੱਸੋ ਮੁੱਖ ਮੰਤਰੀ ਨੇ ਕਿਹਾ ਕਿ ਨਹੀਂ ਕਿਹਾ, ਦੱਸੋ ਖਾ ਕੇ ਕਹੋ, ਸੌ ਖਾ ਕੇ ਕਹੋ ਨਹੀਂ ਕਿਹਾ।